ਜਿਹੜੇ ਇੰਟਰਨਲ ਸਿਕਿਉਰਿਟੀ ਕਾਊਂਟਰ ਇੰਟੈਲੀਜੈਂਸ ਵਿੰਗ ਸਾਰੇ ਬੜਾ ਆਪਸ ਦੇ ਵਿੱਚ ਪ੍ਰੋਪਰ ਕੋਆਰਡੀਨੇਸ਼ਨ ਨਾਲ ਕੰਮ ਕਰ ਰਹੇ ਸੀਗੇ। ਅੰਮ੍ਰਿਤਪਾਲ ਸਿੰਘ ਦੇ ਖਿਲਾਫ NSA ਦੇ ਵਾਰੰਟਸ ਜਿਹੜੇ ਨੇ ਇਸ਼ੂ ਕੀਤੇ ਹੋਏ ਸੀ ਕੋਰਟ ਨੇ, ਤੋ ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਨੂੰ ਡਿਟੇਨ ਕੀਤਾ ਗਿਆ, NSA ਦੇ ਜਿਹੜੇ ਵਾਰੰਟਸ ਆ ਉਹਨਾਂ ਨੂੰ ਐਗਜੀਕਿਊਟ ਕਰਕੇ ਉਹਦੇ ਅੰਡਰ ਡਿਟੇਨ ਕੀਤਾ ਗਿਆ ਹੈ। ਔਰ ਫਰਦਰ ਇਸ ਕੇਸ ਦੇ ਵਿੱਚ ਜਿਹੜਾ ਵਾ ਕਾਨੂੰਨ ਦੇ ਅਨੁਸਾਰ ਅੱਗੇ ਕਾਰਵਾਈ ਹੋਊਗੀ। ਲੋਕਾਂ ਨੇ, ਪਬਲਿਕ ਨੇ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਲੋਕਾਂ ਦਾ, ਜਿਨ੍ਹਾਂ ਨੇ ਇਸ ਪੂਰੇ ਦੌਰ ਦੇ ਦੌਰਾਨ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ, ਪੀਸ ਮੇਨਟੇਨ ਕੀਤੀ ਹੈ। ਔਰ ਪੰਜਾਬ ਪੁਲਿਸ ਵੀ ਕਮਿਟਡ ਆ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ ਅਤੇ ਪੀਸ ਮੇਨਟੇਨ ਕਰਨ ਵਾਸਤੇ। ਔਰ ਕੁਛ ਜਿਹੜੇ ਹੈਗੇ ਨੇ ਐਲੀਮੈਂਟਸ, ਉਹਨਾਂ ਨੂੰ ਵਾਰਨਿੰਗ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਜਿਹੜਾ ਵਾ ਖਰਾਬ ਨਹੀਂ ਹੋਣ ਦਿੱਤਾ ਜਾਏਗਾ, ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਊਗੀ। ਅੰਮ੍ਰਿਤਪਾਲ ਸਿੰਘ ਨੂੰ ਅੱਜ ਸਵੇਰੇ ਕਰੀਬ 6:45 'ਤੇ ਰੋਡੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਅਤੇ ਇੰਟੈਲੀਜੈਂਸ ਵਿੰਗ ਦੇ ਕੋਲ ਕੰਕਰੀਟ ਇਨਫੋਰਮੇਸ਼ਨ ਸੀ ਓਪਰੇਸ਼ਨਲ ਇਨਪੁੱਟਸ ਦੇ ਬੇਸਿਸ ਦੇ ਉੱਤੇ ਕਿ ਉਹ ਰੋਡੇ ਪਿੰਡ ਦੇ ਵਿੱਚ ਜਿਹੜਾ ਵਾ ਪ੍ਰੈਜੈਂਟ ਆ। ਉਹਨੂੰ ਪੁਲਿਸ ਨੇ ਸਾਰੇ ਪਾਸੇ ਤੋਂ ਨਾਕਾਬੰਦੀ ਕਰਕੇ ਪਿੰਡ ਨੂੰ ਘੇਰਿਆ ਹੋਇਆ ਸੀਗਾ, ਪਰ ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰ ਸੀਗਾ, ਤੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਜਿਹੜੀ ਆ ਉਹ ਸੁਪਰੀਮ ਆ, ਉਹਨੂੰ ਮੇਨਟੇਨ ਕਰਨਾ ਸਾਰਿਆਂ ਦਾ ਹੀ ਸਾਡਾ ਫਰਜ਼ ਆ ਕਿ ਕਿਸੇ ਵੀ ਤਰ੍ਹਾਂ ਦਾ ਮਰਿਆਦਾ ਦੇ ਨਾਲ ਕੋਈ ਛੇੜਛਾੜ ਨਹੀਂ ਹੋ ਸਕਦੀ। ਸੋ ਉਸ ਸੰਬੰਧ ਦੇ ਵਿੱਚ ਜਦੋਂ ਇਹ ਕਨਵੇ ਹੋ ਗਿਆ ਕਿ ਸਾਰੇ ਪਾਸੇ ਤੋਂ ਘਿਰ ਗਿਆ ਹੈ ਔਰ ਕੋਈ ਚਾਰਾ ਅਸਕੇਪ ਦਾ ਉੱਥੋਂ ਨਹੀਂ ਹੈਗਾ, ਉਸ ਤੋਂ ਬਾਅਦ ਦੇ ਵਿੱਚ ਉਹਨੂੰ ਗ੍ਰਿਫਤਾਰ ਕੀਤਾ ਗਿਆ ਕਰੀਬ 6:45 'ਤੇ, ਜਿਸ ਤਰ੍ਹਾਂ ਮੈਂ ਦੱਸਿਆ NSA ਦੇ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਉਸ ਤੋਂ ਬਾਅਦ ਡਿਟੇਨ ਕਰਕੇ ਉਹ ਵਾਰੰਟ ਐਗਜੀਕਿਊਟ ਕਰਕੇ ਉਹਨੂੰ ਦਿਬਰੂਗੜ੍ਹ ਵਾਸਤੇ ਜਿਹੜਾ ਰਵਾਨਾ ਪੰਜਾਬ ਪੁਲਿਸ ਨੇ ਕਰ ਦਿੱਤਾ ਹੈ। ਇਹ ਜਿਹੜਾ ਜੁਆਇੰਟ ਓਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਅਤੇ ਇੰਟੈਲੀਜੈਂਸ ਵਿੰਗ ਦਾ, ਪੰਜਾਬ ਪੁਲਿਸ ਕੋ ਜੋ ਲਗਾਤਾਰ ਪੰਜਾਬ ਪੁਲਿਸ ਨੇ ਇਸ ਕੇਸ ਮੇ ਦਬਾਅ ਬਣਾਇਆ ਹੋਇਆ ਥਾ ਪਿਛਲੇ 35 ਦਿਨ ਸੇ, ਸਾਰੇ ਹੀ ਪੰਜਾਬ ਪੁਲਿਸ ਕੇ ਜੋ ਵਿੰਗਸ ਥੇ ਵੋ ਪ੍ਰੋਪਰ ਕੋਆਰਡੀਨੇਸ਼ਨ ਕੇ ਸਾਥ ਕਾਮ ਕਰ ਰਹੇ ਥੇ, ਜਿਸਮੇ ਇੰਟੈਲੀਜੈਂਸ ਵਿੰਗ ਹੈ, ਬਾਕੀ ਸਾਰੇ ਹਮਾਰੇ ਵਿੰਗਸ ਹੈ। ਅੰਮ੍ਰਿਤਪਾਲ ਸਿੰਘ ਕੇ ਖਿਲਾਫ NSA ਕੇ ਵਾਰੰਟਸ ਇਸ਼ੂ ਹੋਏ ਥੇ, ਇਨ ਵਾਰੰਟਸ ਕੋ ਆਜ ਸੁਬਹਾ ਐਗਜੀਕਿਊਟ ਕੀਆ ਗਿਆ ਹੈ, ਉਸਕੀ ਗ੍ਰਿਫਤਾਰੀ ਜੋ ਹੈ NSA ਕੇ ਅਧੀਨ ਕੀ ਗਈ ਹੈ। ਫਰਦਰ ਇਸਮੇ ਜੋ ਲਾਅ ਹੈ ਆਪਣੀ ਜੋ ਆਪਣੇ ਪੇਸ ਪੇ ਡਿਊ ਪ੍ਰੋਸੈਸ ਕੇ ਸਾਥ ਲਾਅ ਕਾਮ ਕਰੇਗਾ। ਇਸਮੇ ਪੰਜਾਬ ਕੇ ਲੋਗੋ ਨੇ ਇਸ ਪੂਰੇ ਓਪਰੇਸ਼ਨ ਕੇ ਦੌਰਾਨ ਪੰਜਾਬ ਮੇਂ ਕਮਿਊਨਲ ਹਾਰਮਨੀ ਪੀਸ ਕੋ ਮੇਨਟੇਨ ਕੀਆ ਹੈ। ਹਮ ਆਪਣੀ ਤਰਫ ਸੇ ਪੂਰੇ ਪੰਜਾਬ ਕੇ ਲੋਗੋ ਕਾ ਧੰਨਵਾਦ ਕਰਤੇ ਹੈ, ਜਿਨ੍ਹੋਂਨੇ ਇੱਕ ਕਮਿਊਨਲ ਹਾਰਮਨੀ ਔਰ ਪੀਸ ਮੇਨਟੇਨ ਕੀ ਹੈ ਇਨ ਦਿਨੋਂ ਮੇਂ। ਔਰ ਪੰਜਾਬ ਪੁਲਿਸ ਕਮਿਟਡ ਹੈ ਪੰਜਾਬ ਮੇਂ ਪੀਸ ਮੇਨਟੇਨ ਕਰਨੇ ਕੋ, ਔਰ ਪੰਜਾਬ ਪੁਲਿਸ ਨੇ ਇਨ ਦਿਨੋਂ ਮੇਂ ਲਾਅ ਐਂਡ ਆਰਡਰ ਕੋ ਪੂਰੀ ਤਰ੍ਹਾਂ ਸੇ ਮੇਨਟੇਨ ਕੀਆ ਹੈ। ਸਾਥ ਕੇ ਸਾਥ ਮੈਂ ਉਨ ਐਲੀਮੈਂਟਸ ਕੋ ਜੋ ਮਿਸਚੀਵੀਅਸ ਐਲੀਮੈਂਟਸ ਹੈ ਜੋ ਪੰਜਾਬ ਕਾ ਮਾਹੌਲ ਖਰਾਬ ਕਰਨਾ ਚਾਹਤੇ, ਉਨਕੋ ਵਾਰਨ ਕਰਤੇ ਹੈ ਪੰਜਾਬ ਪੁਲਿਸ ਕੀ ਤਰਫ ਸੇ ਕਿ ਕਿਸੀ ਕੋ ਪੰਜਾਬ ਕਾ ਮਾਹੌਲ ਖਰਾਬ ਕਰਨੇ ਕੀ ਇਜਾਜ਼ਤ ਨਹੀਂ ਦੀ ਜਾਏਗੀ। ਸਪੈਸ਼ਲ ਓਪਰੇਸ਼ਨਲ ਇਨਪੁੱਟਸ ਹਮਾਰੇ ਪਾਸ ਥੇ, ਜਿਸਮੇ ਪੰਜਾਬ ਪੁਲਿਸ ਔਰ ਪੰਜਾਬ ਪੁਲਿਸ ਕੇ ਜੋ ਇੰਟੈਲੀਜੈਂਸ ਵਿੰਗ ਹੈ ਉਨਕੇ ਪਾਸ ਥੇ ਕਿ ਅੰਮ੍ਰਿਤਪਾਲ ਸਿੰਘ ਰੋਡੇ ਵਿਲੇਜ ਮੇਂ ਪ੍ਰੈਜੈਂਟ ਹੈ, ਸੁਬਹਾ ਇੱਕ ਓਪਰੇਸ਼ਨ ਚਲਾ ਕੇ ਜਿਸਮੇ ਪੂਰੇ ਵਿਲੇਜ ਕੋ ਪ੍ਰੋਪਰ ਤਰੀਕੇ ਸੇ ਪੂਰੇ ਸੰਜਮ ਕੇ ਸਾਥ ਪੇਸ਼ੈਂਸ ਕੇ ਸਾਥ ਕੋਆਰਡਨ ਕਰਕੇ, ਔਰ ਉਸਕੇ ਬਾਅਦ ਕਿਉਂਕਿ ਸਪੈਸੀਫਿਕ ਇਨਫੋਰਮੇਸ਼ਨ ਥੀ ਕਿ ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਾਹਿਬ ਕੇ ਅੰਦਰ ਹੈ, ਗੁਰਦੁਆਰਾ ਸਾਹਿਬ ਕੀ ਜੋ ਮਰਿਆਦਾ ਹੈ ਵੋ ਸਭਸੇ ਸੁਪਰੀਮ ਹੈ, ਤੋ ਉਸਕੋ ਮੇਨਟੇਨ ਕਰਤੇ ਹੋਏ ਇੱਕ ਮੈਸੇਜ ਉਸਕੇ ਪਾਸ ਚਲਾ ਗਿਆ, ਕਨਵੇ ਹੋ ਗਿਆ, ਉਸਕੋ ਪਤਾ ਚਲ ਗਿਆ ਕਿ ਅਬ ਵੋ ਸਾਰੀ ਤਰਫ ਸੇ ਗਿਰ ਚੁੱਕਾ ਹੈ ਔਰ ਉਸਕੇ ਪਾਸ ਐਸਕੇਪ ਕਰਨੇ ਕਾ ਕੋਈ ਰੂਟ ਨਹੀਂ ਹੈ। ਤੋ ਇਸਮੇ ਪੰਜਾਬ ਪੁਲਿਸ ਕਾ ਜੋ ਅੰਮ੍ਰਿਤਸਰ ਰੂਰਲ ਪੁਲਿਸ ਹੈ ਔਰ ਇੰਟੈਲੀਜੈਂਸ ਕੇ ਜੋ ਹਮਾਰੇ ਆਫਿਸਰਸ ਹੈ ਉਨਕੇ ਕੋਆਰਡੀਨੇਸ਼ਨ ਸੇ ਸੁਬਹਾ ਉਸਕੋ ਰੋਡੇ ਵਿਲੇਜ ਸੇ ਗ੍ਰਿਫਤਾਰ ਕੀਆ ਗਿਆ ਹੈ। ਗ੍ਰਿਫਤਾਰ ਕਰਨੇ ਕੇ ਬਾਅਦ NSA ਕਾ ਜੈਸੇ ਮੈਨੇ ਬਤਾਇਆ ਵਾਰੰਟ ਐਗਜੀਕਿਊਟ ਕੀਆ ਗਿਆ ਹੈ, ਉਸਮੇ ਗ੍ਰਿਫਤਾਰ ਕਰਕੇ ਉਸਕੋ ਦਿਬਰੂਗੜ੍ਹ ਅਸਾਮ ਕੇ ਲੀਏ ਐਜ਼ ਪਰ ਪ੍ਰੋਸੀਜਰ ਐਜ਼ ਪਰ ਲਾਅ ਜੋ ਹੈ ਰਵਾਨਾ ਕਰ ਦਿਆ ਗਿਆ ਹੈ। ਇਸ ਪੂਰੇ ਐਪੀਸੋਡ ਕੇ ਦੌਰਾਨ ਜੋ ਪੰਜਾਬ ਕੇ ਲੋਗੋ ਨੇ ਪੀਸ ਮੇਨਟੇਨ ਕੀ ਹੈ ਉਸਕੇ ਲੀਏ ਪੰਜਾਬ ਪੁਲਿਸ ਕੀ ਤਰਫ ਸੇ ਪੰਜਾਬ ਗਵਰਨਮੈਂਟ ਕੀ ਤਰਫ ਸੇ ਹਮ ਲੋਗੋ ਕੇ ਬਹੁਤ ਥੈਂਕਫੁਲ ਹੈ। ਅੰਡਰ ਰਿਲੈਂਟਲੈਸ ਪ੍ਰੈਸ਼ਰ ਬਾਏ ਪੰਜਾਬ ਪੁਲਿਸ ਫਰੋਮ ਲਾਸਟ 35 ਡੇਜ਼ ਐਂਡ ਆਲ ਦੀ ਵਿੰਗਸ ਆਫ ਪੰਜਾਬ ਪੁਲਿਸ ਦੇ ਹੈਵ ਵਰਕਡ ਇਨ ਕੋਆਰਡੀਨੇਸ਼ਨ ਫੋਰ ਦਿਸ ਸਪੈਸ਼ਲ ਓਪਰੇਸ਼ਨ। ਆਈ ਵੁੱਡ ਜਸਟ ਲਾਈਕ ਟੂ ਐਕਸਪਲੇਨ ਦੈਟ NSA ਵਾਰੰਟਸ ਫੋਰ ਇਸ਼ੂਡ ਅਗੇਂਸਟ ਅੰਮ੍ਰਿਤਪਾਲ ਸਿੰਘ ਐਂਡ NSA ਵਾਰੰਟਸ ਹੈਵ ਬੀਨ ਐਗਜੀਕਿਊਟਡ ਟੂਡੇ ਮਾਰਨਿੰਗ। ਫਰਦਰ ਲਾਅ ਵਿਲ ਟੇਕ ਇਟਸ ਓਨ ਕੋਰਸ ਇਨ ਦਿਸ ਕੇਸ। ਪੀਪਲ ਇਨ ਪੰਜਾਬ ਦੇ ਹੈਵ ਮੇਨਟੇਨ ਪੀਸ ਐਂਡ ਹਾਰਮਨੀ ਐਂਡ ਪੰਜਾਬ ਪੁਲਿਸ ਐਂਡ ਸਪੈਸ਼ਲੀ ਪੰਜਾਬ ਗਵਰਨਮੈਂਟ ਇਜ਼ ਥੈਂਕਫੁਲ ਟੂ ਦੀ ਪੀਪਲ ਆਫ ਪੰਜਾਬ ਫੋਰ ਮੇਨਟੇਨਿੰਗ ਕਮਿਊਨਲ ਪੀਸ ਕਮਿਊਨਲ ਹਾਰਮਨੀ ਡਿਊਰਿੰਗ ਦਿਸ ਪੀਰੀਅਡ। ਪੰਜਾਬ ਪੁਲਿਸ ਇਜ਼ ਕਮਿਟਡ ਟੂ ਮੇਨਟੇਨ ਲਾਅ ਐਂਡ ਆਰਡਰ ਇਨ ਦੀ ਸਟੇਟ ਆਫ ਪੰਜਾਬ
एनी मिसचीवियस एलिमेंट स्प्रेडिंग एनी टाइप ऑफ र्यूमर दे आर वॉन्ट टू बी केयरफुल एंड स्ट्रिक्ट एक्शन वुड बी टेकन अगेंस्ट देम एनी सच र्यूमर एनी सच मिसचीफ विल नॉट बी टॉलरेटेड बाई पंजाब पुलिस. Amritpal Singh has been arrested by Punjab Police at around 6:45 a.m. today morning in village Rode. He was absconding from last about more than 1 month. Special operation was launched. A joint operation was conducted by Amritsar Police and Intelligence Wing of Punjab Police. He was located in village Rode based on operational inputs by Punjab Police, and he was surrounded from all sides. The village was surrounded by Punjab Police. Since he was inside a Gurdwara Sahab, so to maintain sanctity of Gurdwara Sahab is supreme for everyone. So to maintain sanctity, the police did not enter the Gurdwara Sahab, and since he knew that he had no way to escape now, he was surrounded by Punjab Police from all sides. The village was surrounded by Punjab Police. So he was arrested at around 6:45. He has been taken to Dibrugarh under NSA, and further the law will take its own course. We are thankful to people of Punjab for maintaining peace and harmony during this entire episode. Thank you so much. देखो उहदे च बहुत क्लीयर है कि असीं उहनूं अरैसट कीता है सारे पासे तों जदों घिर गया सीगा उस तों बाद दे विच गिरफ्तार कीता गया है. अंदर की होया की क्या गया उहदे बारे च टिप्पणी करना वाजिब नहीं है, बट जिस तरीके नाल इस पूरे ऑपरेशन नूं प्लान कीता गया सीगा, जिस तरीके दे कंक्रीट इनपुट सीगे, जिस तरीके दे नाल विलेज नूं सराउंड कर लिया गया सीगा, क्योंकि सेंक्टिटी मेनटेन करना सब तो इंपोर्टेंट सीगा गुरद्वारा साहब दी, उहदे अंदर पुलिस किसी भी तरीके दे नाल यूनिफॉर्म दे विच एंटर नहीं कर सकती सीगी. सो जदों सारे पासे तों घिर गया, जदों पता लग गया, तो दैन जिहड़ी अरैसट आ उह पॉसिबल हो गई. अमृतपाल सिंह गुरद्वारा साहब तों पहला अरैसट नहीं कीता जा सकदा सी, कोई इनपुट इंटेलिजेंस नूं नहीं सी. सर किन्ने दिन पहला पहुंचा होगा? देखो इह जिहड़ा ऑपरेशन आ पिछले 35 दिन तों चल रिहा सीगा, जदों पिछली वारी 28 तरीक नूं हुशियारपुर तों एक्सपॉन्ड कीता सीगा. सो लगातार इह जिहड़ा ऑपरेशन जारी सीगा, क्योंकि एकदम यू कैन से आइडेंटिफाई करना कि बंदा कितने होगा पॉसिबल नहीं सीगा. पर जिहड़ा अज वाला ऑपरेशन होया कंक्रीट ऑपरेशन सीगा, प्रॉपर इनफॉर्मेशन सीगी, और इहनूं बहुत वधिया तरीके दे नाल प्रॉपर संजम दे नाल पेशेंस दे नाल इहनूं अंजाम दित्ता गया. उह सारा जिहड़ा है जी हुण तफ्तीश दे दौरान कोई भी अग्गे जिहड़ी डिवेलपमेंट इस केस होगी उह टाइम टू टाइम दसी जाएगी. फिलहाल इन्ना गिरफ्तार करके NSA दे अंदर उन्होंने डिब्रूगढ़ भेज दिया गया है, फर्दर जो कार्रवाई होगी तो नहीं सकता. नहीं ये बारे मैं टिप्पणी नहीं कोई करता, मैं तो सिर्फ जो थोड़ा फैक्ट्स आ दसे है कि पंजाब पुलिस ने ऑपरेशनल इनपुट्स के बेस के उत्ते उन्होंने लोकेट किया. लोकेट करने तो बाद इस तरह का माहौल हो गया कि कोई वे नहीं सी एस्केप का, तो उसके विच फर्दर उन्हें गिरफ्तार किया. सर अमृतपाल पंजाब से सीगा, ये भी सामने आ रहे कि पापलप्रीत का पूरा प्लानिंग सीगा गिरफ्तारी तो बाद के एक बड़ा इंटरव्यू भी कराना है और इस तरह का सरेंडर. नहीं कोई भी देखो इस केस दे विच अजे फर्दर कोई टिप्पणी देना वाजिब नहीं है, कोई डिवेलपमेंट फर्दर इस केस दे विच होएगी वो थोड़े नाल टाइम टू टाइम जिहड़ी आपां शेयर करदे रहांगे. अमृतपाल सिंह जिहड़ा ओह गिरफ्तारी दित्ती गई है अपनी ना कि नहीं, मैं बहुत दोबारा दोबारा क्लीयर कर रहा है कि जेडे इनपुट सीगे ऑपरेशनल इनपुट पंजाब पुलिस कोले सीगे और उससे बेस ते ही वो विलेज नूं जिहड़ा वा सराउंड किया गया सीगा, और उस विलेज नूं सराउंड इस तरीके नाल किया गया सीगा कि एस्केप का कोई भी रूट नहीं सीगा, गिरफ्तार किया गया था पंजाब पुलिस वालों. सर अमृतपाल गड्डियां जे अमृतपाल दियां उथे समर्थकां दे नाल पहुंचे सी, ए भी पुष्टि हैगी है? नहीं इहदे बारे कोई टिप्पणी अजे नहीं दित्ती जा सकदी. थैंक यू वेरी मच. फिलहाल लॉ एंड ऑर्डर की क्या सिचुएशन है? क्या पंजाब दे विच पूरी तरह लॉ एंड ऑर्डर मेंटेनड आ, कम्यूनल हारमनी है पंजाब दे विच, पूरी तरह पीसफुल आ पंजाब दे विच, किसी तरह की कोई अनसुखावी घटना ना कोई किसी तरह की पॉसिबिलिटी आ ना होण दित्ती जाऊगी. पंजाब पुलिस पूरी तरह कमिटेड है लॉ एंड ऑर्डर नूं मेंटेन करने वास्ते, और सब तो वड्डी गल जिहड़ी मैं दोबारा कहना कि पंजाब दे लोकां दे असीं बहुत बहुत धन्नवादी हाँ. पंजाब दे लोकां ने इस पूरे ऑपरेशन दे दौरान पंजाब पुलिस दा पंजाब गवर्नमेंट दा बहुत साथ दिता है, और मैनूं पूरी उम्मीद आ कि जिस तरीके नाल पिछे पंजाब दे लोकां ने साथ दिता है, जिस तरीके दे नाल पंजाब दे विच कम्यूनल हारमनी ते पीस नूं मेंटेन कीता है, अगे भी उसे तरीके दे नाल मेंटेन कीता जाएगा. देखो मैं इहदे बारे दुबारा जिद्दां मैं स्पष्ट कीता है कि किसी ने की किया उहदे बारे मैं नहीं कुछ कहिंदा, बट पंजाब पुलिस ने अपने ऑपरेशनल इनपुट्स दे बेस ते प्रॉपर इनफॉर्मेशन डिवेलप करके उहनूं गिरफ्तार कीता है.
नहीं नहीं जी, ये ऑपरेशन आ पिछले 35 दिन तो लगातार ऑपरेशन चल रहा है। 35 दिन तो लगातार पंजाब पुलिस दी टीम्स चाहे वह जिहड़ा मर्जी विंग होवे कोऑर्डिनेशन दे विच काम कर रहे सीगे। हर ऑफिसर हर वेले कोऑर्डिनेशन काम कर रहा सीगा। किसी ना किसी दिन ये किसी दिन दे नाल कोई कोइंसिडेंस नहीं है, किसी ना किसी दिन तो यह सक्सैस मिलनी सी पंजाब पुलिस नूं। फॉर्चुनेटली अज सुबह 28 मार्च नूं जब पंजाब दे हुशियारपुर दे पिंड, उस तों बाद इन्हें लगातार क्योंकि राजस्थान दी भी कॉल आई सी कि राजस्थान दी भी देखो ये जिहड़ियां चीज़ां है ना ये चीज़ां शेयर नहीं कीतियां जा सकदियां। सो फार इन्ना ही आ जो मैं तुहानू अज दस दिता है। फर्दर जो डिवेलपमेंट होगी क्योंकि आपां दोबारा फिर फैमिली सारा कुछ तफ्तीश चाहिए। दोबारा तभी कह रहा हूँ कि पंजाब पुलिस का जो लगातार प्रेशर था इस केस में, जो पंजाब पुलिस ने एक लगातार दबाव बनाया हुआ था, उस दबाव के तहत ही जो इनपुट्स भी वहीं से आती हैं पंजाब पुलिस के पास, सारी फोर्सेस के पास वहीं से इनपुट्स आती हैं। तो अल्टीमेटली आज सुबह हमें ये हमारा ऑपरेशन जो है फाइनली कंप्लीटली सक्सेसफुल हो गया। नहीं आज सिर्फ एक अमृतपाल नो अरेस्ट किया। जी बिल्कुल जी, थैंक यू सो मच जी।